ਮੈਂ ਨਿਰਮਲ ਸਿੰਘ ਸ਼ੇਰਪੁਰ ਸੱਦਾ, ਸੂਬਾ ਆਗੂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ। ਅੱਜ ਦਾ ਜਿਹੜਾ ਮੋਰਚਾ ਹੈ ਤੀਜੇ ਦਿਨ ਦੇ ਵਿੱਚ ਪਹੁੰਚ ਗਿਆ। ਅੱਜ ਅਸੀਂ ਜਿਹੜਾ ਆ ਮਜ਼ਦੂਰਾਂ ਨੇ, ਕਿਸਾਨਾਂ ਨੇ ਜਿਹੜਾ ਪੁਤਲਾ ਫੂਕਿਆ ਇੱਥੇ ਥੋੜ੍ਹੀ ਦੇਰ ਪਹਿਲਾਂ, SSP ਹੁਸ਼ਿਆਰਪੁਰ ਤੇ ਜਿਹੜਾ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਟਾਂਡੇ ਦੇ ਆ, ਉਹਨਾਂ ਦੋਨਾਂ ਦਾ ਪੁਤਲਾ ਫੂਕ ਪ੍ਰਦਰਸ਼ਨ ਕਰਕੇ ਆਪਣੀ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹਾਂ। ਜਿਹੜਾ ਪਿਛਲੇ 20 ਮਈ ਤੋਂ ਸਾਡੇ 3 ਮਜ਼ਦੂਰ ਜੇਲ੍ਹਾਂ 'ਚ ਡੱਕੇ ਹੋਏ ਆ, ਉਹਨਾਂ ਦੀ ਰਿਹਾਈ ਲਈ ਜਿਹੜਾ ਅਣਮਿੱਥੇ ਸਮੇਂ ਦਾ ਮੋਰਚਾ ਲੱਗਾ ਆ, ਉਹਦੇ 'ਚ ਅਸੀਂ ਪੁਰਜੋਰ ਢੰਗ ਦੇ ਨਾਲ ਜਿਹੜਾ ਆਪਣੀ ਗੱਲ ਰੱਖੀ ਆ ਕਿ ਛੇਤੀ ਤੋਂ ਛੇਤੀ ਸਾਡੇ ਜਿਹੜੇ ਮਜ਼ਦੂਰ ਆ ਰਿਹਾ ਕਰੋ, ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੋਰਚੇ ਨੂੰ ਇਸ ਜਿਹੜਾ ਹੋਰ ਤੇਜ਼ ਤੇ ਤਿੱਖਾ ਕਰਾਂਗੇ, ਔਰ ਤੁਹਾਡੀ ਜਿਹੜੀ ਰਾਤ ਵਾਲੀ ਨੀਂਦ ਜਿਹੜੀ ਉਹ ਵੀ ਚੈਨ ਨਾਲ ਸੌਣ ਨਹੀਂ ਦੇਵਾਂਗੇ। ਕਿਉਂਕਿ ਸਾਡੇ 3 ਮਜ਼ਦੂਰ ਜਿਹੜੇ ਆ ਉਹ ਪਿਛਲੇ 20 ਮਈ ਤੋਂ 1 ਮਹੀਨੇ ਤੋਂ ਉੱਪਰ ਹੋ ਗਿਆ ਜਿਹੜਾ ਜੇਲ੍ਹਾਂ 'ਚ ਡੱਕੇ ਆ। ਮਜ਼ਦੂਰ ਪਰਿਵਾਰ ਆ, ਮੁਖੀ ਆ, ਉਹਨਾਂ ਦਾ ਘਰ ਦਾ ਨਹੀਂ ਸਰਦਾ, ਛੋਟੇ ਛੋਟੇ ਬੱਚੇ ਆ, ਪਰਿਵਾਰ ਆ। ਸੋ ਇਸ ਕਰਕੇ ਤੁਸੀਂ ਇਹ ਭਰਮ ਸ਼ਾਇਦ ਪਾਲ ਕੇ ਵੀ ਮਜ਼ਦੂਰਾਂ ਨੂੰ ਜੇਲ੍ਹਾਂ 'ਚ ਡੱਕ ਕੇ ਤੇ ਸਾਰੇ ਮਜ਼ਦੂਰ ਜਿਹੜੇ ਆ ਉਹ ਚੈਨ ਨਾਲ ਬੈਠ ਜਾਣਗੇ। ਅਸੀਂ ਬਿਲਕੁਲ ਚੈਨ ਨਾਲ ਨਹੀਂ ਬੈਠੇ, ਅੱਜ ਤੀਜੇ ਦਿਨ 'ਚ ਵੀ ਆਏ ਆ, ਔਰ ਅਣਮਿੱਥੇ ਸਮੇਂ ਤੱਕ ਇਹ ਜਿਹੜਾ ਮੋਰਚਾ ਜਿਹੜਾ ਆ ਉਹ SSP ਦੇ ਇੱਥੇ ਲੱਗਾ ਆ, ਔਰ ਇਹਨੂੰ ਹੋਰ ਤਿੱਖਾ ਤੇ ਤੇਜ਼ ਕਰਾਂਗੇ। ਹਾਂਜੀ ਸਰ, ਬਸ ਇਹੀ ਬੇਨਤੀ ਆ ਸਾਡੀ SSP ਸਾਹਿਬ ਨੂੰ ਕਿ ਜਿਹੜੇ ਸਾਡੇ ਮਜ਼ਦੂਰ 3 ਜੇਲ੍ਹ ਦੇ ਵਿੱਚ ਲੱਗੇ ਹੋਏ ਨੇ, ਉਹਨਾਂ ਨੂੰ ਰਿਹਾਅ ਕੀਤਾ ਜਾਵੇ। ਜੇ ਨਹੀਂ ਰਿਹਾਅ ਕਰਨਗੇ ਤੇ ਜੋ ਧਰਨਾ ਪ੍ਰਦਰਸ਼ਨ ਸਾਡਾ ਚੱਲ ਰਿਹਾ 3 ਰੋਜ਼ਾਂ ਤੋਂ, ਇਹਨੂੰ ਹੋਰ ਤਿੱਖਾ ਕਰਾਂਗੇ, ਫਿਰ ਥੋੜਾ ਆਪਣੇ ਆਪਣਾ ਸਖਤਾਈ ਦੇ ਨਾਲ ਹੋਵਾਂਗੇ ਇਹਨਾਂ ਦੇ ਨਾਲ। ਫਿਰ ਜੇ ਸਾਡੀ ਨਹੀਂ ਮੰਨਣਗੇ ਤਾਂ ਫਿਰ ਕੁਛ ਤਾਂ ਹੋਊਗਾ ਹੀ। ਇੰਨੀ ਕੀ ਇੰਨਾ ਗਾੜੀ ਹੋਊਗਾ। We at GNA University see potential in everyone and everything around us. We drive innovation and entrepreneurship. We groom competent global citizens to effect positive change around them.